Hello dear students, welcome back to your own YouTube channel Dr. B. Jeet, where we learn something new every day, because each and every day brings a new learning, a new lesson to all of us. It depends upon us how we take it and how we learn it. Okay, today we are going to talk about a very simple topic, that is critical theory. ਜਦੋਂ ਵੀ ਆਪਾਂ ਥਿਅਰੀ ਦੀ ਗੱਲ ਕਰਦੇ ਹਾਂ ਤਾਂ ਥਿਅਰੀ ਸੁਣਦਿਆਂ ਸਾਰ ਹੀ ਐਂ ਲੱਗਦਾ ਕਿ ਬਹੁਤ ਔਖਾ ਹੋਣ ਵਾਲਾ ਹੈ, ਸਮਝ ਤਾਂ ਨਹੀਂ ਆਉਣੀ. ਇਟਸ ਗੋਇੰਗ ਟੂ ਬੀ ਵੈਰੀ ਚੈਲੇਂਜਿੰਗ ਇਫ ਆਈ ਡਾਈਵ ਡੀਪ ਇਨ ਟੂ ਦ ਮੀਨਿੰਗ ਔਰ ਦ ਡੈਫੀਨੇਸ਼ਨ ਔਫ ਦਿਸ ਵਰਡ. ਬਟ ਮਾਈ ਡੀਅਰ, ਇਟਸ ਨੋਟ ਡਿਫੀਕਲਟ. ਡਿਫੀਕਲਟ ਉਹ ਚੀਜ਼ ਹੁੰਦੀ ਹੈ ਜਿਹਨੂੰ ਹਜੇ ਤੱਕ ਆਪਾਂ ਐਕਸਪਲੋਰ ਨਹੀਂ ਕੀਤਾ. ਜਦੋਂ ਐਕਸਪਲੋਰ ਕਰ ਲਿਆ ਉਸ ਤੋਂ ਬਾਅਦ ਵਿੱਚ ਉਹ ਚੀਜ਼ ਬਹੁਤ ਈਜ਼ੀ ਹੋ ਜਾਂਦੀ ਹੈ. ਕਦੀ ਟਰਾਈ ਕਰਕੇ ਦੇਖਿਓ. ਅਤੇ ਅੱਜ ਆਪਾਂ ਟੋਪਿਕ ਕਰਾਂਗੇ ਕ੍ਰਿਟੀਕਲ ਥਿਊਰੀ, ਔਰ ਆਪਾਂ ਨਾ ਇੱਕ ਡੈਫੀਨੇਸ਼ਨ ਦੇ ਥਰੂ ਕਰਾਂਗੇ ਤਾਂ ਕਿ ਸਾਨੂੰ ਬਹੁਤ ਕ੍ਰਿਸਟਲ ਕਲੀਅਰ ਹੋ ਜਾਵੇ ਇਹਦਾ ਮੀਨਿੰਗ, ਕੋਈ ਡਾਊਟ ਨਾ ਰਹੇ ਬਾਅਦ ਦੇ ਵਿੱਚ. ਅਤੇ ਅੱਜ ਜੋ ਆਪਾਂ ਡੈਫੀਨੇਸ਼ਨ ਕਰ ਰਹੇ ਹਾਂ ਇਹ ਹੈ ਲੂਇਸ ਥੈਸਨ. ਇਸ ਰਾਈਟਰ ਨੇ, ਇਸ ਕ੍ਰਿਟਿਕ ਨੇ ਆਹ ਡੈਫੀਨੇਸ਼ਨ ਦਿੱਤੀ ਹੈ ਕ੍ਰਿਟੀਕਲ ਥਿਊਰੀ ਦੀ. ਲੈਟਸ ਰੀਡ, ਪਲੀਜ਼ ਰੀਡ ਅਲੋਂਗ ਵਿਦ ਮੀ. ਸਟ੍ਰਿਕਟਲੀ ਸਪੀਕਿੰਗ, ਵੈਨ ਵੀ ਇੰਟਰਪ੍ਰੈਟ ਅ ਲਿਟਰੇਰੀ ਟੈਕਸਟ, ਵੀ ਆਰ ਡੂਇੰਗ ਲਿਟਰੇਰੀ ਕ੍ਰਿਟੀਸਿਜ਼ਮ. ਇੱਥੇ ਤੱਕ ਪਹਿਲਾਂ ਕਰਦੇ ਹਾਂ. ਉਹ ਪਹਿਲਾਂ ਉਹ ਕਹਿ ਰਿਹਾ ਕਿ ਜਦੋਂ ਵੀ ਫਾਰਮਲੀ ਔਰ ਸਟ੍ਰਿਕਟਲੀ ਜੇ ਆਪਾਂ ਗੱਲ ਕਰੀਏ, ਜਦੋਂ ਅਸੀਂ ਲਿਟਰੇਰੀ ਟੈਕਸਟ ਨੂੰ ਇੰਟਰਪ੍ਰੈਟ ਕਰ ਰਹੇ ਹਾਂ, ਇੰਟਰਪ੍ਰੈਟ ਕਰਨਾ ਮੀਨਸ ਉਹਦੇ ਅਲੱਗ ਅਲੱਗ ਜੋ ਵੀ ਮੀਨਿੰਗਸ ਨਿਕਲ ਸਕਦੇ ਆ, ਅਸੀਂ ਜਦੋਂ ਉਹਨੂੰ ਮੀਨਿੰਗ ਦੇ ਰਹੇ ਹਾਂ ਕਿਸੇ ਲਿਟਰੇਰੀ ਟੈਕਸਟ ਨੂੰ. ਹੁਣ ਲਿਟਰੇਰੀ ਟੈਕਸਟ ਨਾ ਕੋਈ ਵੀ ਹੋ ਸਕਦਾ ਹੈ, ਉਹ ਪ੍ਰੋਜ਼ ਦਾ ਚੈਪਟਰ, ਪੋਇਮ ਹੋ ਸਕਦੀ ਹੈ, ਐਨੀ ਟੈਕਸਟ. ਜਦੋਂ ਆਪਾਂ ਉਹਦਾ ਮੀਨਿੰਗ ਲੱਭ ਰਹੇ ਹਾਂ, ਉਹਨੂੰ ਇੰਟਰਪ੍ਰੈਟ ਕਰ ਰਹੇ ਹਾਂ ਕਿ ਇਹਦਾ ਕੀ ਮੀਨਿੰਗ ਹੋ ਸਕਦਾ, ਇਹਦਾ ਅਰਥ ਕੀ ਹੋ ਸਕਦਾ ਹੈ, ਉਹ ਇੰਟਰਪ੍ਰੀਟੇਸ਼ਨ ਹੋ ਗਈ. ਉਹਨੂੰ ਕੀ ਕਹਾਂਗੇ? ਲਿਟਰੇਰੀ ਕ੍ਰਿਟੀਸਿਜ਼ਮ ਅਕੋਰਡਿੰਗ ਟੂ ਲੂਇਸ ਥੈਸਨ. ਵੈਨ ਵੀ ਐਗਜ਼ਾਮਿਨ ਦ ਕ੍ਰਾਈਟੀਰੀਆ ਅਪੋਨ ਵਿਚ ਆਵਰ ਇੰਟਰਪ੍ਰੀਟੇਸ਼ਨ ਰੈਸਟਸ. ਇੱਥੇ ਆਹ ਚੀਜ਼ ਧਿਆਨ ਦੇਣ ਵਾਲੀ ਹੈ ਕਿ ਦ ਕ੍ਰਾਈਟੀਰੀਆ ਅਪੋਨ ਵਿਚ ਆਵਰ ਇੰਟਰਪ੍ਰੀਟੇਸ਼ਨ ਰੈਸਟਸ. ਪਹਿਲਾਂ ਤਾਂ ਇਹ ਹੋ ਗਿਆ ਕਿ ਜਦੋਂ ਆਪਾਂ ਕਿਸੇ ਲਿਟਰੇਰੀ ਟੈਕਸਟ ਨੂੰ ਇੰਟਰਪ੍ਰੈਟ ਕਰਨਾ, ਉਹ ਕੀ ਹੋ ਗਈ? ਆਪਣੀ ਲਿਟਰੇਰੀ ਕ੍ਰਿਟੀਸਿਜ਼ਮ. ਓਕੇ, ਬਟ ਉਸ ਇੰਟਰਪ੍ਰੀਟੇਸ਼ਨ ਦੇ ਲਈ ਸਾਨੂੰ ਕੋਈ ਮਾਪਦੰਡ, ਕੋਈ ਮੈਜ਼ਰ, ਕੋਈ ਸਕੇਲ ਕੁਛ ਤਾਂ ਰੱਖਣਾ ਪਏਗਾ ਨਾ. ਕੋਈ ਵੀ ਆਪਾਂ ਥਿਊਰੀ ਜਾਂ ਕੋਈ ਵੀ ਪੋਇਮ ਨੂੰ ਜਦੋਂ ਆਪਾਂ ਐਕਸਪਲੇਨ ਕਰਦੇ ਹਾਂ ਜਾਂ ਫਿਰ ਕਿਸੇ ਵੀ ਵਰਡ ਨੂੰ ਐਕਸਪਲੇਨ ਕਰਦੇ ਹਾਂ, ਉਹਦੇ ਪਿੱਛੇ ਆਪਾਂ ਕੋਈ ਨਾ ਕੋਈ ਲੌਜਿਕ ਮਾਇੰਡ ਦੇ ਵਿੱਚ ਲਗਾਉਂਦੇ ਹਾਂ. ਉਸ ਲੌਜਿਕ ਦੇ ਬਿਹਾਫ 'ਤੇ ਉਹ ਕੋਈ ਪਰੂਫ ਦੇ ਕੇ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਦਾ ਇਹ ਹੀ ਮੀਨਿੰਗ ਕਿਉਂ ਹੈ. ਉਸੇ ਤਰ੍ਹਾਂ ਜਦੋਂ ਆਪਾਂ ਕ੍ਰਿਟੀਸਿਜ਼ਮ ਦੀ ਗੱਲ ਕਰਦੇ ਹਾਂ, ਔਰ ਇੱਥੇ ਜਦੋਂ ਆਪਾਂ ਕ੍ਰਿਟੀਕਲ ਥਿਊਰੀ ਦੀ ਗੱਲ ਕਰਦੇ ਹਾਂ, ਤਾਂ ਜਿਸ ਵੀ ਕ੍ਰਾਈਟੀਰੀਆ ਨੂੰ ਯੂਜ਼ ਕੀਤਾ ਜਾਂਦਾ ਹੈ ਕਿਸੇ ਵੀ ਲਿਟਰੇਰੀ ਟੈਕਸਟ ਨੂੰ ਇੰਟਰਪ੍ਰੈਟ ਕਰਨ ਦੇ ਲਈ, ਫਿਰ ਧਿਆਨ ਨਾਲ ਦੇਖੋ, ਵੈਨ ਵੀ ਐਗਜ਼ਾਮਿਨ ਦ ਕ੍ਰਾਈਟੀਰੀਆ ਅਪੋਨ ਵਿਚ ਆਵਰ ਇੰਟਰਪ੍ਰੀਟੇਸ਼ਨ ਰੈਸਟ, ਵੀ ਆਰ ਡੂਇੰਗ ਕ੍ਰਿਟੀਕਲ ਥਿਊਰੀ. ਜਦੋਂ ਆਪਾਂ ਕ੍ਰਾਈਟੀਰੀਆ ਜਿਸਦੇ ਉੱਪਰ ਕਿ ਇੰਟਰਪ੍ਰੀਟੇਸ਼ਨ ਸਾਡੀ ਠਹਿਰੇਗੀ, ਡਿਪੈਂਡ ਕਰੇਗੀ, ਉਹਨੂੰ ਜਦੋਂ ਆਪਾਂ ਐਗਜ਼ਾਮਿਨ ਕਰਦੇ ਹਾਂ, ਉਹ ਕ੍ਰਿਟੀਕਲ ਥਿਊਰੀ ਹੁੰਦੀ ਹੈ. ਕਲੀਅਰ? ਆਲ ਰਾਈਟ, ਆਪਾਂ ਗੱਲ ਕਰ ਰਹੇ ਸੀ ਕ੍ਰਿਟੀਕਲ ਥਿਊਰੀ ਦੀ. ਹੁਣ ਜੇ ਆਪਾਂ ਉਹਨੂੰ ਥੋੜ੍ਹਾ ਜਿਹਾ ਹੋਰ ਈਜ਼ੀਅਰ ਮੈਨਰ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਆਪਾਂ ਕੁਛ ਇੱਦਾਂ ਦੇ ਡਾਇਗ੍ਰਾਮਸ ਡਰਾ ਕਰ ਸਕਦੇ ਹਾਂ ਉਹਨੂੰ ਸਮਝਣ ਦੇ ਲਈ. ਹੁਣ ਪਲੀਜ਼ ਐਕਸਕਿਊਜ਼ ਮੀ ਫੋਰ ਮਾਈ ਡਰਾਇੰਗ, ਬਿਕੋਜ਼ ਇਟ ਆਈ ਨੋ ਇਟਸ ਪੈਥੈਟਿਕ, ਬਟ ਆਈ ਐਮ ਸ਼ੋਰ ਦੈਟ ਇਟ ਵਿਲ ਡੈਫੀਨੇਟਲੀ ਹੈਲਪ ਯੂ ਆਊਟ ਟੂ ਅੰਡਰਸਟੈਂਡ ਦ ਮੀਨਿੰਗ ਆਫ ਦਿਸ ਵਰਡ, ਦ ਮੀਨਿੰਗ ਆਫ ਦਿਸ ਟਰਮ ਕ੍ਰਿਟੀਕਲ ਥਿਊਰੀ ਇਨ ਅ ਵੈਰੀ ਈਜ਼ੀ ਮੈਨਰ. ਆਪਾਂ ਸਪੈਕਟੀਕਲਸ ਲਗਾਉਂਦੇ ਹਾਂ, ਆਈਸਾਈਟ ਵੀਕ ਹੋ ਜਾਵੇ ਸਪੈਕਟੀਕਲਸ ਲਗਾਉਂਦੇ ਹਾਂ, ਜਾਂ ਫਿਰ ਕਈ ਲੋਕ ਸ਼ੌਕ ਦੇ ਤੌਰ ਦੇ ਉੱਤੇ ਵੀ ਲਗਾ ਲੈਂਦੇ ਆ ਸਪੈਕਟੀਕਲਸ, ਔਰ ਆਪਾਂ ਸ਼ੇਡਸ ਲਗਾਉਂਦੇ ਹਾਂ. ਹੁਣ ਹਰ ਕੋਈ ਅਲੱਗ ਅਲੱਗ ਤਰ੍ਹਾਂ ਦੀਆਂ ਸ਼ੇਡਸ ਲਗਾਉਂਦਾ, ਜਿੱਦਾਂ ਦੀ ਉਹਨੇ ਸ਼ੇਡ ਲਗਾਈ ਹੋਏਗੀ, ਮਤਲਬ ਗੋਗਲਸ ਪਾਈਆਂ ਹੋਣਗੀਆਂ, ਮੰਨ ਲਓ ਬਰਾਊਨ ਕਲਰ ਦੀਆਂ ਪਾਈਆਂ, ਅਤੇ ਬਾਹਰ ਜਿਹੜਾ ਹੋਊਗਾ ਸਾਰਾ ਵਿਊ ਉਹਨੂੰ ਬਰਾਊਨਿਸ਼ ਨਜ਼ਰ ਆਏਗਾ. ਅਗਰ ਉਹਨੇ ਬਲੈਕ ਵੇਅਰ ਕੀਤਾ ਤਾਂ ਬਲੈਕ ਵਿਊ ਹੋਏਗਾ.
ਹੁਣ ਜਦੋਂ ਆਪਾਂ ਕ੍ਰਿਟੀਕਲ ਥਿਊਰੀ ਦੀ ਗੱਲ ਕਰਦੇ ਹਾਂ, ਉਹਨੇ ਕਿਹਾ ਸੀ ਕਿ ਐਗਜ਼ਾਮਿਨ ਆਫ ਦ ਥਿਊਰੀ, ਜਦੋਂ ਆਪਾਂ ਮਤਲਬ ਕਿ ਕਿਸ ਤਰੀਕੇ ਨਾਲ ਉਹ ਇਸ ਇੰਟਰਪ੍ਰੀਟੇਸ਼ਨ ਨੂੰ ਆਪਾਂ ਸਾਹਮਣੇ ਲੈ ਕੇ ਆਉਣਾ, ਉਹ ਕਿਹੜੀ ਥਿਊਰੀ ਦੇ ਉੱਤੇ ਬੇਸਡ ਹੋਊਗਾ, ਉਹ ਡਿਪੈਂਡ ਕਰਦਾ ਕਿ ਅਸੀਂ ਕਿਹੜੀਆਂ ਥਿਊਰੀਜ਼ ਚੂਜ਼ ਕਰਦੇ ਹਾਂ, ਉਹ ਹੁੰਦੀ ਹੈ ਕ੍ਰਿਟੀਕਲ ਥਿਊਰੀ। ਆਹ ਆਪਣੀ ਟੈਕਸਟ ਹੈ, ਟੈਕਸਟ ਦੇ ਲਈ, ਟੈਕਸਟ ਰੀਡ ਕਰਨ ਦੇ ਲਈ। ਇੱਕ ਬੰਦਾ ਕਹਿੰਦਾ ਕਿ ਮੈਂ ਤਾਂ ਰਾਊਂਡ ਸ਼ੇਪਡ ਜਿਹੜੀ ਗਲਾਸ ਹੋਏਗੀ ਨਾ ਉਹ ਯੂਜ਼ ਕਰਨੀ ਹੈ। ਦੂਸਰਾ ਬੰਦਾ ਕਹਿੰਦਾ ਕਿ ਨਹੀਂ, ਜੋ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਹੈ ਨਾ, ਆਈ ਵਿਲ ਬੀ ਯੂਜ਼ਿੰਗ ਦੋਜ਼ ਸ਼ੇਡਸ ਐਂਡ ਆਈ ਵਿਲ ਬੀ ਯੂਜ਼ਿੰਗ ਦੋਜ਼ ਕਾਈਂਡ ਆਫ ਗੋਗਲਸ। ਤੀਜਾ ਬੰਦਾ ਕਹਿੰਦਾ ਨਾ ਨਾ ਨਾ, ਮੈਨੂੰ ਤਾਂ ਪੁਰਾਣੇ ਵਾਲਾ ਮੈਥਡ ਹੀ ਠੀਕ ਹੈ, ਅਤੇ ਮੈਂ ਉਹ ਮਾਈਕਰੋਸਕੋਪ ਜਿਹਾ ਲਗਾ ਕੇ, ਦੂਰਬੀਨ ਲਗਾ ਕੇ, ਆਈ ਡੋਂਟ ਨੋ ਕਿ ਉਹਦੀ ਪਿਕਚਰ ਕੀ ਹੋਣੀ ਸੀ, ਬਟ ਕਾਈਂਡ ਆਫ ਉਹ ਲਗਾ ਕੇ ਕਹਿੰਦਾ ਮੈਂ ਬਹੁਤ ਮਾਈਨਿਊਟਲੀ ਦੇਖਣਾ ਆ, ਇਸ ਲਈ ਮੈਂ ਇਸ ਲੈਂਸ ਦੀ ਲੈਂਸ ਦਾ ਯੂਜ਼ ਕਰੂੰਗਾ। ਹੁਣ ਇਹ ਸਾਰੇ ਜਦੋਂ ਇਕੱਠੇ ਹੋ ਜਾਣਗੇ, ਅਲੱਗ ਅਲੱਗ ਟੈਕਸਟ, ਇੱਥੇ ਧਿਆਨ ਰੱਖੋ ਟੈਕਸਟ ਇੱਕੋ ਹੀ ਹੈ, ਟੈਕਸਟ ਚੇਂਜ ਨਹੀਂ ਹੋਇਆ, ਆਪਾਂ ਇੱਕੋ ਟੈਕਸਟ ਨੂੰ ਤਿੰਨ ਅਲੱਗ ਅਲੱਗ ਨਜ਼ਰੀਏ ਨਾਲ ਪੜ੍ਹ ਰਹੇ ਹਾਂ। ਜੋ ਗਲਾਸ ਹੈ ਉਹ ਕਿਹਨੂੰ ਰਿਪ੍ਰੈਜੈਂਟ ਕਰ ਰਿਹਾ, ਜਾਂ ਜੋ ਚਸ਼ਮਾ ਹੈ ਉਹ ਕਿਹਨੂੰ ਰਿਪ੍ਰੈਜੈਂਟ ਕਰ ਰਿਹਾ, ਸਾਡੇ ਨਜ਼ਰੀਏ ਨੂੰ, ਜੋ ਅਸੀਂ ਕ੍ਰਿਟੀਕਲ ਥਿਊਰੀ ਉੱਤੇ ਇੰਪਲੀਮੈਂਟ ਕਰਨੀ ਹੈ। ਹੁਣ ਦੇਖੋ, ਜੇ ਆਪਾਂ ਕੋਈ ਟੈਕਸਟ ਨੂੰ ਇੰਟਰਪ੍ਰੈਟ ਕਰਨਾ ਹੈ, ਆਪਾਂ ਕਹਿੰਦੇ ਹਾਂ ਕਿ ਮੈਂ ਇਹਨੂੰ ਫੈਮਿਨਿਸਟ ਥਿਊਰੀ, ਜੋ ਫੈਮਿਨਿਜ਼ਮ ਹੋਏਗਾ ਉਹਦੇ ਨਾਲ ਇੰਟਰਪ੍ਰੈਟ ਕਰਨਾ, ਉਹਦੇ ਵਿੱਚੋਂ ਕੋਈ ਟਰਮਸ ਲੱਭ ਲੈਣੀਆਂ ਨੇ, ਅਤੇ ਜਿੱਥੇ ਜਿੱਥੇ ਫੈਮਿਨਿਜ਼ਮ ਵਾਲੀਆਂ ਚੀਜ਼ਾਂ ਮੈਨੂੰ ਮਿਲਣਗੀਆਂ, ਆਈ ਵਿਲ ਟਰਾਈ ਟੂ ਫਾਈਂਡ ਆਊਟ ਅ ਪਰੂਫ ਜਿਹਦੇ ਨਾਲ ਕਿ ਮੈਂ ਇਹ ਪਰੂਵ ਕਰ ਸਕਾਂ ਕਿ ਇਹਦੇ ਵਿੱਚ ਫੈਮਿਨਿਜ਼ਮ ਯੂਜ਼ ਹੋਇਆ। ਓਕੇ, ਦੂਸਰਾ ਬੰਦਾ ਕਹਿੰਦਾ ਕਿ ਜ਼ਰੂਰੀ ਹੈ ਕਿ ਇਹ ਇਕੱਲਾ ਯੂਜ਼ ਹੋਇਆ ਹੋਵੇ, ਮੈਂ ਤਾਂ ਇੱਦਾਂ ਕਰੂੰਗਾ ਕਿ ਆਈ ਐਮ ਆਲਸੋ ਗੋਇੰਗ ਟੂ ਯੂਜ਼ ਸਾਈਕੋ ਐਨਾਲਿਸਿਸ। ਇੱਦਾਂ ਹੀ ਬਹੁਤ ਸਾਰੀਆਂ ਕ੍ਰਿਟੀਕਲ ਥਿਊਰੀਜ਼ ਨੇ ਜਿਹੜੀਆਂ ਕਿ ਆਪਾਂ ਕਿਸੇ ਟੈਕਸਟ ਨੂੰ ਇੰਟਰਪ੍ਰੈਟ ਕਰਨ ਦੇ ਲਈ ਯੂਜ਼ ਕਰ ਸਕਦੇ ਹਾਂ। ਓਕੇ, ਆਈ ਹੋਪ ਕਿ ਹੁਣ ਇਹਨਾਂ ਮੇਰੇ ਟੁੱਟੇ ਫੁੱਟੇ ਡਾਇਗ੍ਰਾਮਸ ਤੋਂ ਬਾਅਦ ਆਈ ਹੋਪ ਕਿ ਤੁਹਾਨੂੰ ਥੋੜ੍ਹਾ ਕਲੀਅਰ ਹੋਇਆ ਹੋਏਗਾ ਕਿ ਕ੍ਰਿਟੀਕਲ ਥਿਊਰੀ ਦਾ ਕੀ ਮਤਲਬ ਹੈ। ਅਗਰ ਫਿਰ ਵੀ ਕੋਈ ਕੁਐਸਚਨ ਹੈ, ਪਲੀਜ਼ ਰਾਈਟ ਇਨ ਦੀ ਕਮੈਂਟ ਬਾਕਸ ਬਿਲੋ, ਦੈਟ ਮੈਨੂੰ ਪਤਾ ਲੱਗ ਸਕੇ ਵੈਦਰ ਆਈ ਐਮ ਗੋਇੰਗ ਇਨ ਟੂ ਦ ਰਾਈਟ ਡਾਇਰੈਕਸ਼ਨ। ਆਈ ਸੀ ਯੂ ਇਨ ਦ ਨੈਕਸਟ ਵੀਡੀਓ, ਟਿਲ ਦੈਨ ਸਟੇ ਬਲੈਸਡ, ਕੀਪ ਕਾਮ, ਕੀਪ ਸਮਾਈਲਿੰਗ, ਕੀਪ ਲਰਨਿੰਗ, ਬਿਕਾਜ਼ ਲਰਨਿੰਗ ਇਜ਼ ਲਿਵਿੰਗ।